ਕੋਰੋਨਾ ਨੂੰ ਹਰਾਉਣ ਲਈ ਜੰਗੀ ਮੁਹਿੰਮ ਦੇ ਇੱਕ ਹੋਰ ਕਦਮ ਵਿੱਚ ਨਵਾਂ ਸ਼ਹਿਰ ਤੋਂ ਵਾਤਾਵਰਨ ਪ੍ਰੇਮੀ ਅਸ਼ਵਨੀ ਜੋਸ਼ੀ ਅਤੇ ਸਮਾਜ ਸੇਵੀ ਰਾਜਨ ਅਰੋੜਾ ਨੇ ਵਿਸ਼ੇਸ਼ ਤੌਰ ਤੇ ਕੋਰੋਨਾ ਸੁਰੱਖਿਆ ਬੈਰੀਕੇਡ ਪੱਟੀ ਤਿਆਰ ਕੀਤੀ ਜੋ ਕਿ ਇੱਕ ਤਰ੍ਹਾਂ ਦਾ ਨਵਾਂ ਕਦਮ ਹੈ। ਉਹਨਾਂ ਅੱਜ ਇਸ ਪੱਟੀ ਦੀ ਸ਼ੁਰੂਆਤ ਜਨਤਕ ਜਾਗਰੂਕਤਾ ਦੇ ਉਦੇਸ਼ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਸ਼ੀਨਾ ਅਗਰਵਾਲ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਅਲਕਾ ਮੀਨਾ ਦੇ ਦਫ਼ਤਰ ਨੂੰ ਦੇ ਕੇ ਦਿੱਤੀ। सारी दुकाना ਅਤੇ ਦਫ਼ਤਰਾਂ ਅਜਿਹੀਆਂ ਪੱਟੀਆਂ ਦੀ ਵਰਤੋਂ ਕਰਨ ਨਾਲ ਕੋਰੋਨਾ ਵਿਰੁੱਧ ਸੁਰੱਖਿਆ ਜਾਗਰੂਕਤਾ ਨੂੰ ਹੋਰ ਵਧੇਗੀ। ਅਸ਼ਵਨੀ ਜੋਸ਼ੀ ਨੇ ਕਿਹਾ ਕਿ ਨਵਾਂ ਸ਼ਹਿਰ ਵਿੱਚ ਇਹ ਬੈਰੀਕੇਡ ਪੱਟੀ ਰਾਜੂ ਪ੍ਰਿੰਟਿੰਗ ਪ੍ਰੈਸ ਵਿਖੇ ਉਪਲਬਧ ਕਰਵਾਈ ਗਈ ਹੈ। ਤੁਸੀਂ ਆਪਣੀ ਜ਼ਰੂਰਤ ਅਨੁਸਾਰ ਇਸ ਨੂੰ ਉੱਥੋਂ ਵੀ ਲੈ ਸਕਦੇ ਹੋ। ਇਸ ਮੌਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਸ਼ੀਨਾ ਅਗਰਵਾਲ ਅਤੇ ਜ਼ਿਲ੍ਹਾ ਪੁਲਿਸ ਕਪਤਾਨ ਅਲਕਾ ਮੀਨਾ ਨੇ ਸ਼ਲਾਘਾ ਕੀਤੀ ਕਿ ਸਮਾਜ ਦੇ ਹਰ ਵਿਅਕਤੀ ਨੂੰ ਕੋਰੋਨਾ ਵਿਰੁੱਧ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਸੇਫਟੀ ਬੈਰੀਅਰ ਟੇਪ ਬਣਾਉਣ ਦਾ ਆਈਡੀਆ ਜਦੋਂ ਮੈਂ ਪਬਲਿਕ ਪਲੇਸਿਸ ਵਿੱਚ ਜਾਂ ਦਫ਼ਤਰਾਂ 'ਚ ਜਾਂਦਾ ਸੀ ਅਤੇ ਉੱਥੇ ਟੇਬਲਾਂ ਦੇ ਉੱਤੇ ਜਾਂ ਤਾਂ ਕਈ ਜਗ੍ਹਾ ਰੱਸੀਆਂ ਬੰਨੀਆਂ ਹੈ ਜਾਂ ਕੋਈ ਕੁਰਸੀ ਰੱਖੀ ਹੈ ਜਾਂ ਸ਼ੋਰੂਮਾਂ 'ਚ ਵੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਹੈ ਤਾਂ ਮੈਂ ਸੋਚਿਆ ਕਿਉਂ ਨਾ ਇਹ ਬੈਰੀਕੇਡ ਟੇਪ ਇਸ ਤਰ੍ਹਾਂ ਦੀ ਕੋਰੋਨਾ ਸਪੈਸੀਫਿਕ ਡਿਜ਼ਾਈਨ ਕੀਤੀ ਜਾਵੇ ਤਾਂ ਕਿ ਇਹ ਪ੍ਰੋਪਰ ਮੈਸੇਜ ਵੀ ਦੇਵੇ ਔਰ ਸਾਡੀ ਹਿਫਾਜ਼ਤ ਵੀ ਹੋ ਸਕਦੀ ਹੈ। ਯਾਨੀ ਕਿ ਮੈਂ ਤਾਂ ਇਹ ਕਹਿੰਦਾ ਕਿ ਜਿੱਥੇ ਸੜਕਾਂ ਵੱਡੀਆਂ ਬਣਾਈਆਂ ਜਾ ਰਹੀਆਂ ਕੋਈ ਬਿਲਡਿੰਗ ਬਣਾਈ ਜਾ ਰਹੀ ਹੈ ਉੱਥੇ ਜਿਹੜਾ ਆਪਾਂ ਸੇਫਟੀ ਬੈਰੀਕੇਡ ਟੇਪ ਲਗਾਉਂਦੇ ਹਾਂ ਆਰਡੀਨਰੀ ਲਾਲ ਰੰਗ ਦੀ ਉੱਥੇ ਇਹਨੂੰ ਵਰਤਿਆ ਜਾਵੇ। ਇਸ ਵੇਲੇ ਸਮੇਂ ਦੀ ਮੰਗ ਹੈ ਕਿ ਕੋਰੋਨਾ ਦੇ ਵਿਰੁੱਧ ਹਰ ਜਨ ਹਰ ਤਰ੍ਹਾਂ ਦੀ ਲੜਾਈ ਲੜੇ ਅਤੇ ਇਹ ਜੋ ਨਵਾਂ ਸ਼ਹਿਰ ਤੋਂ ਅੱਜ DC ਸਾਹਿਬ ਨੇ ਵੀ ਇਹਨੂੰ ਐਕਸੈਪਟ ਕੀਤਾ, SSB ਸਾਹਿਬ ਨੇ ਵੀ ਐਕਸੈਪਟ ਕੀਤਾ ਅਤੇ ਹੋਰ ਬਾਜ਼ਾਰਾਂ ਦੇ ਵਿੱਚ ਵੀ ਅਸੀਂ ਇਹ ਮੈਸੇਜ ਦੇ ਦਿੱਤਾ ਔਰ ਮੀਡੀਆ ਦੇ ਰਾਹੀਂ ਵੀ ਇਹ ਮੈਸੇਜ 1-2 ਦਿਨਾਂ 'ਚ ਚਲੇ ਜਾਏਗਾ। ਅਤੇ ਮੈਂ ਬੇਨਤੀ ਕਰਦਾ, ਅਪੀਲ ਕਰਦਾ ਕਿ ਹਰ ਦੁਕਾਨਦਾਰ ਹਰ ਸ਼ੋਰੂਮ ਇਸ ਤਰ੍ਹਾਂ ਦੀ ਟੇਪ ਦਾ ਇਸਤੇਮਾਲ ਕਰੇ, ਆਪਣੇ ਕਾਊਂਟਰਾਂ 'ਤੇ ਟੇਪ ਲਗਾ ਲਵੇ। ਇਹ ਟੇਪ ਬੜੀ ਸਸਤੀ ਬਣ ਜਾਂਦੀ ਹੈਗੀ ਹੈ, ਆਪਣੇ ਫਲੈਕਸ ਤੋਂ ਤਿਆਰ ਕਰਵਾਈ ਅਸੀਂ, 15 ਫੁੱਟ ਦੀ ਹੈ, 3 ਇੰਚ ਚੌੜੀ ਹੈ। ਤੋ ਇਹ ਸਾਰੇ ਆਓ ਅਸੀਂ ਮਿਲ ਕੇ ਛੋਟੇ ਆਪਾਂ ਆਪਣੇ ਸਮਾਜ ਨੂੰ ਆਪਣੇ ਪਰਿਵਾਰਾਂ ਨੂੰ ਕੋਰੋਨਾ ਤੋਂ ਬਚਾਉਣ ਵਿੱਚ ਕਾਮਯਾਬ ਹੋਈਏ। ਧੰਨਵਾਦ।